ਇਸ ਮੋਬਾਈਲ ਦੇ ਢੇਰ ਨੂੰ ਪਹਿਲੀ ਨਜ਼ਰ ਦੇਖ ਹਰ ਕੋਈ ਐਵੇਂ ਸੋਚ ਰਿਹਾ ਹੋਵੇਗਾ ਕਿ ਸ਼ਾਇਦ ਭਲਾ ਇਹ ਦਿੱਲੀ ਦੇ ਬਾਜ਼ਾਰ ਦੇ ਵਾਂਗ ਪੰਜਾਬ ਦੇ ਵਿੱਚ ਕਿਤੇ ਮੋਬਾਈਲਾਂ ਦੀ ਸੇਲ ਲੱਗੀ ਹੋਵੇ। ਪਰ ਜਨਾਬ, ਅਜਿਹਾ ਕੁਝ ਨਹੀਂ ਹੈ। ਦਰਅਸਲ ਇਹ ਮੋਬਾਈਲ ਫੋਨ ਬਠਿੰਡਾ ਪੁਲਿਸ ਨੇ ਇੱਕ ਦੁਕਾਨਦਾਰ ਤੋਂ ਬਰਾਮਦ ਕੀਤੇ ਨੇ। ਜ਼ਿਕਰਯੋਗ ਹੈ ਕਿ ਚੋਰੀ ਕੀਤੇ ਗਏ ਮੋਬਾਈਲ ਫੋਨ ਬਠਿੰਡਾ ਦੀ ਇੱਕ ਦੁਕਾਨ ਤੇ ਚੋਰ ਵੇਚ ਦਿੰਦੇ ਸੀ ਤੇ ਜਿਨ੍ਹਾਂ ਦਾ ਸਪੇਅਰ ਪਾਰਟ ਬਦਲ ਕੇ ਦੁਕਾਨਦਾਰ ਅੱਗੇ ਮਹਿੰਗੇ ਭਾਅ ਵੇਚ ਦਿੰਦਾ ਸੀ, ਜਿਸ ਨੂੰ ਗ੍ਰਿਫਤਾਰ ਕਰਕੇ ਦਰਜਨਾ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਵੀ ਸੁਣੋ। ਬਣੀ ਹੋਈ ਹੈ ਕਿੰਨੀ ਵੱਡੀ ਮਾਤਰਾ 'ਚ ਮੋਬਾਈਲ ਫੋਨ ਅਤੇ ਖਾਸ ਤੌਰ 'ਤੇ ਆਈਫੋਨ ਫੜੇ ਗਏ? ਬਠਿੰਡਾ ਦੇ ਐਸ ਐਸ ਪੀ ਸ਼੍ਰੀ ਦੀਪਕ ਪਰਕ ਸਾਹਿਬ ਆਈ ਪੀ ਐੱਸ ਅਤੇ ਐੱਸ ਪੀ ਡੀ ਸ਼੍ਰੀ ਅਜੇ ਗਾਂਧੀ ਜੀ ਆਈ ਪੀ ਐੱਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹੜੇ ਮਾਲੇ ਹਾਦਸਾਂ ਦੇ ਉੱਤੇ, ਕਿਉਂਕਿ ਲੋਕ ਸਭਾ ਇਲੈਕਸ਼ਨ ਨੇ, ਉਹਦੇ ਸੰਬੰਧੀ ਸਮੇਂ ਸਮੇਂ 'ਤੇ ਬਾਜ਼ਾਰਾਂ ਦੇ ਵਿੱਚ ਹੋ ਜਾਏਗਾ, ਆਪਾਂ ਚੈਕਿੰਗ ਵੀ ਕਰਦੇ ਹਾਂ। ਇਸੇ ਤਹਿਤ ਕਾਰਵਾਈ ਕਰਦੇ ਹੋਏ ਸੀ ਏ ਸਟਾਫ ਬਠਿੰਡਾ ਨੇ ਰਮਨਦੀਪ ਸਿੰਘ ਭੰਗੂ ਨਾਂ ਦਾ ਬੰਦਾ ਵਾ ਜਿਹੜਾ ਦੁਕਾਨ ਚਲਾ ਰਿਹਾ ਆਈ ਡਿਵਾਈਸ ਫਿਕਸਰ ਨੇੜੇ ਫੈਕਟਰੀ ਉੱਤੇ ਕਿਰਾਏ 'ਤੇ ਦੁਕਾਨ ਕਰਦਾ ਵਾ। ਇੱਥੇ ਅਸੀਂ ਕਾਬੂ ਕੀਤਾ ਵਾ, ਸਾਨੂੰ ਮੁਖਰੀ ਹੋਈ ਸੀ ਵੀ ਇਹ ਵੱਖ ਵੱਖ ਫੋਨ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਪੇਅਰ ਪਾਰਟ ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵੇਚ ਦਿੰਦਾ ਵਾ, ਉਹਦੇ ਅਸੀਂ ਕਾਰਵਾਈ ਕਰਦੇ ਹੋ। ਇਹ ਤੋਂ ਅਸੀਂ ਟੋਟਲ 68 ਫੋਨ 68 ਫੋਨ ਪ੍ਰਾਪਤ ਕਰੇ ਨੇ, 65 ਫੋਨ ਆਈਫੋਨ ਨੇ, 2 ਓਪੋ ਦੇ ਨੇ ਅਤੇ 1 ਨੋਕੀਆ ਦਾ ਵਾ। ਇਹਦੀ ਪੁੱਛਗਿੱਛ ਦੇ ਆਧਾਰ 'ਤੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਂ ਦਾ ਬੰਦਾ ਸੁਲਤਾਨ ਮਿੱਠੋ ਦਾ ਮੁਸਲ ਰਹਿਣ ਵਾਲਾ, ਉਹਨੂੰ ਅਸੀਂ ਕੱਲ੍ਹ ਗ੍ਰਿਫਤਾਰ ਕੀਤਾ ਵਾ। ਇਹਨਾਂ ਤੋਂ ਅੱਗੇ ਪੁੱਛਗਿੱਛ ਜਾ ਰਹੀ ਹੈ, ਤਬਦੀਲ ਜਾ ਰਹੀ ਹੈ। ਸਰ, ਕਿਸ ਤਰ੍ਹਾਂ ਦੇ ਆਈਫੋਨ ਸੀ? ਪੁਰਾਣੇ ਮਾਡਲ ਕੀ ਮਹਿੰਗੇ, ਲੇਟੈਸਟ ਮਾਡਲ? ਇਹ ਸਾਰੇ ਮਹਿੰਗੇ ਆ ਜੀ, ਆਈਫੋਨ 15, 14, 13, ਪ੍ਰੋ ਮੈਕਸ ਸਾਰੇ ਮਹਿੰਗੇ ਹੋ ਗਏ। ਪਰ ਸਰ, ਅੱਗੇ ਵੇਚਦੇ ਵੂਚਦੇ ਸੀ, ਹੁਣ ਤੱਕ ਤਬਦੀਲ ਸਾਹਮਣੇ ਆਇਆ, ਕੀ ਕਰਦੇ ਸੀਗੇ ਜਾਂ ਕਿਵੇਂ? ਤਫਤੀਸ਼ ਕਰ ਰਹੇ ਆ ਜੀ, ਇਹਨਾਂ ਬਾਰੇ ਡਾਟਾ ਲੈ ਰਹੇ ਹਾਂ ਵੀ ਕਿੱਥੋਂ ਕਿੱਥੋਂ ਚੋਰੀ ਹੋਏ ਨੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇਆ ਇਹ ਤਫਤੀਸ਼ ਦਾ ਹਿੱਸਾ ਵਾ ਵੀ ਕਿੱਥੋਂ ਫੋਨ ਆਏ ਨੇ ਇਹਨਾਂ ਕੋਲ, ਪਰ ਇੰਨੇ ਫੋਨ ਆਉਣੇ ਬਹੁਤ ਵੱਡੀ ਗੱਲ ਆ। ਸਰ, ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ, ਜੇ ਤਬਦੀਲ ਸ਼ੱਕੀ ਪੁਲਿਸ? ਬਿਲਕੁਲ ਵਧੂਗੀ ਜੀ, ਕਿਉਂਕਿ ਪੁਲਿਸ ਵੱਲੋਂ ਵੀ ਸਮੇਂ ਸਮੇਂ ਦੁਕਾਨਦਾਰਾਂ ਨੂੰ ਵੀ ਗਾਹ ਕੀਤਾ ਜਾਂਦਾ, ਜਿਵੇਂ ਸਿਮ ਕਾਰਡ ਵੇਚਦੇ ਨੇ ਵੀ ਜੇ ਕਿਸੇ ਨੂੰ ਵੇਚਦੇ ਨੇ ਤਾਂ ਉਹਦਾ ਰਿਕਾਰਡ ਰੱਖਿਆ ਜਾਵੇ, ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤਾਂ ਉਹਦਾ ਵੀ ਆਧਾਰ ਕਾਰਡ ਵਗੈਰਾ ਕੋਈ ਆਈਡੀ ਪਰੂਫ ਲੈ ਕੇ ਰੱਖਿਆ ਜਾਵੇ, ਪਰ ਇਹ ਹੈ ਕੁਛ ਵੀ ਨਹੀਂ ਪਾਇਆ ਗਿਆ। ਇਹਨਾਂ ਬਾਰੇ ਕੋਈ ਸਪਸ਼ਟ ਨਹੀਂ ਕਰ ਸਕਿਆ ਵੀ 68 ਫੋਨ ਕਿੱਥੋਂ ਆਏ ਨੇ, ਕਿਸ ਦੇ ਨੇ, ਕੁਛ ਨਹੀਂ। ਫਿਲਹਾਲ ਗ੍ਰਿਫਤਾਰੀ ਕਿੰਨੇ ਹੋ ਗਏ ਸਰ? 2 ਬੰਦੇ ਗ੍ਰਿਫਤਾਰ ਹੋ ਚੁੱਕੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਗੋਰਖ ਧੰਦੇ ਦੇ ਪਿੱਛੇ ਹੋਰ ਕੌਣ ਕੌਣ ਲੋਕ ਸ਼ਾਮਲ ਨੇ। ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।